ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਆਖਿਰ ਨਕੋਦਰ ਦੇ ਪਿੰਡਾਂ ਦੇ ਕਿਸਾਨਾਂ ਨੇ ਕਿਉਂ ਆਵਾਰਾ ਪਸ਼ੂ ਇਕੱਠੇ ਕੀਤੇ ਇੱਕੋ ਹੀ ਥਾਂ ਤੇ। ਉਹਨਾਂ ਦੇ ਨੋਟਿਸ ਦੇ ਵਿੱਚ ਤਾਂ ਪਹਿਲੇ ਹੀ ਗੱਲ ਆ, ਕੋਈ ਪ੍ਰਸ਼ਾਸਨ ਇਹ ਤੋਂ ਮੁੱਕਰ ਨਹੀਂ ਸਕਦਾ ਵੀ ਸਾਨੂੰ ਪਤਾ ਨਹੀਂ ਹੈ ਹਲਕੇ ਦੇ ਵਿੱਚ, ਇਲਾਕੇ ਦੇ ਵਿੱਚ, ਜ਼ਿਲ੍ਹੇ 'ਚ, ਤਹਿਸੀਲ 'ਚ ਕੀ ਹੋ ਰਿਹਾ। ਉਹਦੇ ਕਰਕੇ ਅਸੀਂ ਆਪ ਪਰਸਨਲੀ ਮੈਮੋਰੈਂਡਮ ਦੇਣ ਆਏ ਹਾਂ। ਮੈਮੋਰੈਂਡਮ ਦੇ ਨਾਲ ਸਾਡੇ ਕੋਲ 150 ਦੇ ਕਰੀਬ ਪਸ਼ੂ ਆ ਜਿਹੜੇ ਅਸੀਂ ਟਰਾਲੀਆਂ ਦੇ ਵਿੱਚ ਲੱਦੇ ਹੋਏ ਆ। ਮੈਂ ਪੰਜਾਬ ਦੀ ਗੌਰਮੈਂਟ ਨੂੰ, ਹਿੰਦੁਸਤਾਨ ਦੀ ਗੌਰਮੈਂਟ ਨੂੰ ਇਹ ਗੱਲ ਮੈਂ ਬਹਿਦੇ ਨਾਲ ਕਹਿੰਦਾ ਕਿ ਜਿੰਨਾ ਚਿਕਰ ਇਹਨਾਂ ਪਸ਼ੂਆਂ ਦਾ ਇੰਤਜ਼ਾਮ ਨਾ ਹੋਇਆ ਨਾ, ਅਸੀਂ ਇੱਥੋਂ ਉੱਠ ਕੇ ਨਹੀਂ ਜਾਣਾ ਅਤੇ ਸਰਕਾਰ ਨੂੰ ਦੱਸ ਦੇਵਾਂਗੇ ਕਿ ਜਿਹੜਾ ਸਾਡੇ ਕੋਲੋਂ ਟੈਕਸ ਲੈ ਕੇ ਤੁਹਾਡੀਆਂ ਵਜ਼ੀਰਾਂ ਦੀਆਂ, MLAs ਦੀਆਂ ਜਿਹੜੀਆਂ ਕੋਠੀਆਂ ਅਤੇ ਗੱਡੀਆਂ ਚੱਲਦੀਆਂ ਨਾ, ਉਹ ਅਸੀਂ ਚੱਲਣ ਨਹੀਂ ਦੇਣੀਆਂ। ਜਿੱਥੇ ਤੱਕ ਇਹ ਗੱਲ ਹੈ, ਇਹਦੇ ਸੰਬੰਧ ਦੇ ਵਿੱਚ ਜਿੰਨੇ ਕੁ ਉਪਰਾਲੇ ਹੋ ਸਕਦੇ ਸੀ ਉਹ ਕੀਤੇ ਗਏ ਨੇ, ਔਰ ਜਿੱਥੇ ਜਿੱਥੇ ਸਾਡੇ ਕੋਲ ਗਊਸ਼ਾਲਾ ਦੇ ਪਵਾਰਾ ਪਸ਼ੂਆਂ ਵਾਸਤੇ ਜ਼ਮੀਨ ਅਵੇਲੇਬਲ ਹੈ ਉੱਥੇ ਉੱਥੇ ਉਹਨਾਂ ਨੂੰ ਐਡਜਸਟ ਕੀਤਾ ਜਾ ਰਿਹਾ। ਤਾਂ ਇਹਦੇ ਵਿੱਚ ਅਸੀਂ ਉਹ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹੀ ਕੋਈ ਹੋਰ ਥਾਂ ਸਾਨੂੰ ਲੱਭੀ, ਪਬਲਿਕ ਪਲੇਸ ਕੋਈ ਲੱਭੀ ਜਾਵੇ ਜਿੱਥੇ ਅਸੀਂ ਐਡਜਸਟ ਕਰ ਸਕੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰਪਿਆਰੇ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਸਿਰਫ ਨਕੋਦਰ ਨਹੀਂ ਪੂਰੇ ਪੰਜਾਬ ਦੇ ਵਿੱਚ ਆਵਾਰਾ ਪਸ਼ੂਆਂ ਦਾ ਵੱਡਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ, ਜਿਸ ਤੋਂ ਹਰ ਕੋਈ ਦੁਖੀ ਹੈ। ਕਈ ਲੋਕਾਂ ਦੇ ਘਰਾਂ ਦੇ ਚਿਰਾਗ ਇਹਨਾਂ ਆਵਾਰਾ ਪਸ਼ੂਆਂ ਕਰਕੇ ਬੁਝ ਚੁੱਕੇ ਨੇ, ਕਿਉਂਕਿ ਇਹਨਾਂ ਆਵਾਰਾ ਪਸ਼ੂਆਂ ਕਰਕੇ ਬਹੁਤ ਵੱਡੇ ਸੜਕ ਹਾਦਸੇ ਵਾਪਰ ਰਹੇ ਨੇ। ਦੂਸਰੇ ਪਾਸੇ ਕਿਸਾਨ ਵੀ ਇਹਨਾਂ ਆਵਾਰਾ ਪਸ਼ੂਆਂ ਦੀ ਦਹਿਸ਼ਤ ਤੋਂ ਪਰੇਸ਼ਾਨ ਨੇ, ਤੰਗ ਨੇ। ਨਕੋਦਰ ਦੇ ਨੇੜੇ ਤੇੜੇ ਦੇ ਇਲਾਕੇ ਦੇ ਪਿੰਡਾਂ ਦੇ ਸਾਰੇ ਹੀ ਕਿਸਾਨਾਂ ਨੇ ਮਿਲ ਕੇ ਨਕੋਦਰ ਦੇ ਨਾਲ ਲੱਗਦੇ ਪਿੰਡ ਆਲੂਵਾਲ ਦੀ ਗਰਾਊਂਡ ਵਿਖੇ ਆਵਾਰਾ ਪਸ਼ੂਆਂ ਨੂੰ ਮਿਲ ਕੇ ਇਕੱਠਾ ਕੀਤਾ, ਕਿਉਂਕਿ ਇਹਨਾਂ ਆਵਾਰਾ ਪਸ਼ੂਆਂ ਦੇ ਕਾਰਨ ਕਿਸਾਨਾਂ ਨੂੰ ਕਾਫ਼ੀ ਜ਼ਿਆਦਾ ਨੁਕਸਾਨ ਹੋ ਰਿਹਾ ਸੀ। ਇਸ ਮੌਕੇ ਕਿਸਾਨ ਯੂਨੀਅਨ ਦੇ ਨੇਤਾ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਕਿਹਾ ਕਿ ਇਹ ਸਾਰੇ ਪਸ਼ੂ ਇਕੱਠਾ ਕਰਕੇ SDM ਕੋਟ ਨਕੋਦਰ ਵਿਖੇ ਲੈ ਕੇ ਜਾਏ ਜਾਣਗੇ, ਤੇ ਜੇਕਰ ਉਹ ਇਹਨਾਂ ਦਾ ਕੋਈ ਹੱਲ ਨਹੀਂ ਕਰਦੇ ਤਾਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਇਸ ਸੰਬੰਧੀ ਜਦੋਂ SDM ਸ਼੍ਰੀ ਅਮਿਤ ਕੁਮਾਰ ਪੰਚਾਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਜਲਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂਜੀ ਸਰ, ਉੱਧਰ ਇਲਾਕੇ ਦੀਆਂ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਜਲੰਧਰ ਤੋਂ ਨਕੋਦਰ ਹਲਕੇ ਦੇ ਵਿੱਚ ਜਿਹੜੇ ਆਵਾਰਾ ਪਸ਼ੂ ਆ ਕਿਸਾਨਾਂ ਦੀਆਂ ਫਸਲਾਂ ਤਬਾਹ ਕਰ ਰਹੇ ਆ, ਜਿਹਦੇ ਲਈ ਕਿਸਾਨਾਂ ਨੇ 3-4 ਦਿਨ ਤੋਂ ਇਕੱਠੇ ਹੋ ਕੇ ਪਸ਼ੂਆਂ ਨੂੰ ਫੜਿਆ, ਫੜ ਕੇ ਬੰਨਿਆ, ਚਾਰਾ ਦਿੱਤਾ, 3-4 ਦਿਨ ਤੋਂ ਚਾਰਾ ਦਿੰਦੇ ਆਏ ਆ। ਅਤੇ ਅੱਜ ਅਸੀਂ ਇਹ ਮਸ਼ਵਰਾ ਕੀਤਾ ਸੀ ਕਿ SDM ਸਾਹਿਬ ਨੂੰ ਮੈਮੋਰੈਂਡਮ ਦੇ ਕੇ, ਉਹਨਾਂ ਦੇ ਨੋਟਿਸ ਦੇ ਵਿੱਚ ਤਾਂ ਪਹਿਲਾਂ ਹੀ ਗੱਲ ਆ, ਕੋਈ ਪ੍ਰਸ਼ਾਸਨ ਇਹ ਤੋਂ ਮੁੱਕਰ ਨਹੀਂ ਸਕਦਾ ਵੀ ਸਾਨੂੰ ਪਤਾ ਨਹੀਂ ਹੈ ਹਲਕੇ ਦੇ ਵਿੱਚ, ਇਲਾਕੇ ਦੇ ਵਿੱਚ, ਜ਼ਿਲ੍ਹੇ 'ਚ, ਤਹਿਸੀਲ 'ਚ ਕੀ ਹੋ ਰਿਹਾ। ਉਹਦੇ ਕਰਕੇ ਅਸੀਂ ਆਪ ਪਰਸਨਲੀ ਮੈਮੋਰੈਂਡਮ ਦੇਣ ਆਏ ਹਾਂ। ਮੈਮੋਰੈਂਡਮ ਦੇ ਨਾਲ ਸਾਡੇ ਕੋਲ 150 ਦੇ ਕਰੀਬ ਪਸ਼ੂ ਆ ਜਿਹੜੇ ਅਸੀਂ ਟਰਾਲੀਆਂ ਦੇ ਵਿੱਚ ਲੱਦੇ ਹੋਏ ਆ। ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਵੀ ਇਹਨਾਂ ਦਾ ਇੰਤਜ਼ਾਮ ਕੀਤਾ ਜਾਵੇ। ਜੇ ਪ੍ਰਸ਼ਾਸਨ ਨੇ ਸਾਡੀ ਅਪੀਲ ਨਾ ਮੰਨੀ ਤਾਂ ਮੇਰੇ ਕੋਲ ਇੱਕ ਲਫ਼ਜ਼ ਆ, ਚੈਲੰਜ। ਸ਼ਹੀਦੇ ਆਜ਼ਮ ਭਗਤ ਸਿੰਘ ਮੇਰੇ ਬਾਬੇ ਦਾ ਮਸੇਰ ਸੀ,
ਮੈਂ ਕਿਸੇ ਕੁਰਬਾਨੀ ਤੋਂ ਡਰਦਾ ਨਹੀਂ। ਮੈਂ ਪੰਜਾਬ ਦੀ ਗੌਰਮੈਂਟ ਨੂੰ, ਹਿੰਦੁਸਤਾਨ ਦੀ ਗੌਰਮੈਂਟ ਨੂੰ ਇਹ ਗੱਲ ਮੈਂ ਬਹਿਦੇ ਨਾਲ ਕਹਿੰਦਾ ਕਿ ਜਿੰਨਾ ਚਿਰ ਇਹਨਾਂ ਪਸ਼ੂਆਂ ਦਾ ਇੰਤਜ਼ਾਮ ਨਾ ਹੋਇਆ ਨਾ, ਅਸੀਂ ਇੱਥੋਂ ਉੱਠ ਕੇ ਨਹੀਂ ਜਾਣਾ ਅਤੇ ਸਰਕਾਰ ਨੂੰ ਦੱਸ ਦੇਵਾਂਗੇ ਕਿ ਜਿਹੜਾ ਸਾਡੇ ਕੋਲੋਂ ਟੈਕਸ ਲੈ ਕੇ ਤੁਹਾਡੀਆਂ ਵਜ਼ੀਰਾਂ ਦੀਆਂ, MLAs ਦੀਆਂ ਜਿਹੜੀਆਂ ਕੋਠੀਆਂ ਅਤੇ ਗੱਡੀਆਂ ਚੱਲਦੀਆਂ ਨਾ, ਉਹ ਅਸੀਂ ਚੱਲਣ ਨਹੀਂ ਦੇਣੀਆਂ। ਕਿਸਾਨ ਵੀਰ 300 ਦੇ ਨਾਲ ਸਾਡੇ ਨਾਲ ਆਏ ਆ ਇੱਥੇ, ਜਿਨ੍ਹਾਂ ਦੀਆਂ ਫਸਲਾਂ ਉੱਜੜ ਰਹੀਆਂ। ਇੱਥੇ ਮਸਲੇ ਹੋਰ ਵੀ ਬਹੁਤ ਆ, ਪਰ ਅੱਜ ਅਸੀਂ 12 ਪਸ਼ੂਆਂ ਦਾ ਮਸਲਾ ਹੀ ਲੈ ਕੇ ਆਏ ਹਾਂ। ਇਹਦੇ ਲਈ ਫਿਰ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ, ਇਹਦੇ 'ਤੇ ਗੌਰ ਕੀਤਾ ਜਾਵੇ, ਨਹੀਂ ਤਾਂ ਅਸੀਂ ਇੱਥੇ ਧਰਨੇ 'ਤੇ ਬੈਠ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ, ਸਰ ਅੱਜ ਅਵਾਰਾ ਪਸ਼ੂਆਂ ਨੂੰ ਲੈ ਕੇ ਜਿਹੜਾ ਹੈਗਾ ਕਿਸਾਨ ਯੂਨੀਅਨ ਔਰ ਕਿਸਾਨ ਜਥੇਬੰਦੀਆਂ ਕਾਫੀ ਇਕੱਠੀਆਂ ਹੋਈਆਂ ਆ, ਅਤੇ ਉਹ SDM ਸਾ ਤੁਹਾਡੇ ਆਫਿਸ ਵੱਲ ਨੂੰ ਜਿਹੜਾ ਹੈਗਾ ਵਾ ਅਵਾਰਾ ਪਸ਼ੂ ਨੂੰ ਲੈ ਕੇ ਆ ਰਹੇ ਹੈਗੇ, ਇਹਦਾ ਕੋਈ ਹੱਲ ਹੈਗਾ ਤੁਹਾਡੇ ਕੋਲ? ਜੀ ਇਹ ਮੇਰੇ ਧਿਆਨ ਦੇ ਵਿੱਚ ਹੁਣੇ ਆਇਆ, ਇਹ ਗੱਲ ਆਈ ਹੈ। ਇਹ ਸਾਂਝੇ ਤੌਰ 'ਤੇ ਇਸ ਸਮੱਸਿਆ ਦਾ ਆਪਾਂ ਨੂੰ ਸਮਾਧਾਨ ਕਰਨਾ ਪੈਣਾ, ਔਰ ਇਸ ਸੰਬੰਧ ਦੇ ਵਿੱਚ ਜਿੱਥੇ ਤੱਕ ਸੰਭਵ ਹੋ ਸਕਦਾ ਅਸੀਂ ਕੋਸ਼ਿਸ਼ ਕਰਦੇ ਨੇ ਕਿ ਅਵਾਰਾ ਪਸ਼ੂਆਂ ਨੂੰ ਜੋ ਵੀ ਨਾਲ ਲੱਗਦੀ ਗਊਸ਼ਾਲਾ ਹੈ, ਔਰ ਜੇ ਜਿਵੇਂ ਸ਼ਾਹਕੋਟ ਦੇ ਵਿੱਚ ਵੀ ਸਰਕਾਰੀ ਗਊਸ਼ਾਲਾ, ਉਹਦੇ ਵਿੱਚ ਐਡਜਸਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਔਰ ਉਮੀਦ ਕਰਦੇ ਹਾਂ ਇਸ ਰਲ ਮਿਲ ਕੇ ਇਹ ਸਾਂਝੀ ਥਾਵਾਂ 'ਤੇ ਕਿਤੇ ਇਹੋ ਜਿਹੀ ਥਾਂ ਪ੍ਰੋਵਾਈਡ ਕਰਵਾ ਕੇ ਇਹਨਾਂ ਨੂੰ ਐਡਜਸਟ ਕਰੀਏ, ਤਾਂ ਕਿ ਇਹਦਾ ਜੋ ਹੱਲ ਹੈ ਉਹ ਆਪਾਂ ਲੱਭ ਸਕੀਏ। ਸਰ ਉਹਨਾਂ ਦਾ ਆਰੋਪ ਹੈਗਾ ਵਾ ਕਿ ਸਾਡੀਆਂ ਜਿਹੜੀਆਂ ਫਸਲਾਂ ਸਾਰੀਆਂ ਖਰਾਬ ਕਰ ਰਹੇ ਹੈਗੇ ਅਵਾਰਾ ਪਸ਼ੂ। ਅੱਜ ਉਹਨਾਂ ਨੇ ਦੁਖੀ ਹੋ ਕੇ ਜਿਹੜਾ ਹੈਗਾ ਅਵਾਰਾ ਪਸ਼ੂਆਂ ਨੂੰ ਇਕੱਠਾ ਕੀਤਾ ਹੈਗਾ ਵਾ, ਅਤੇ ਆਪਾਂ ਇਹ ਇਸ ਚੀਜ਼ ਨੂੰ ਪਹਿਲਾਂ ਵੀ ਹੱਲ ਕਰ ਸਕਦੇ ਸੀ, ਹੁਣ ਹੀ ਕਿਉਂ ਇਸ ਬਾਰੇ ਸੋਚਿਆ ਜਾ ਰਿਹਾ? ਜੀ ਜਿੱਥੇ ਤੱਕ ਇਹ ਗੱਲ ਹੈ, ਇਹਦੇ ਸੰਬੰਧ ਦੇ ਵਿੱਚ ਜਿੰਨੇ ਕੁ ਉਪਰਾਲੇ ਹੋ ਸਕਦੇ ਸੀ ਉਹ ਕੀਤੇ ਗਏ ਨੇ, ਔਰ ਜਿੱਥੇ ਜਿੱਥੇ ਸਾਡੇ ਕੋਲ ਗਊਸ਼ਾਲਾ ਅਤੇ ਅਵਾਰਾ ਪਸ਼ੂਆਂ ਵਾਸਤੇ ਜ਼ਮੀਨ ਅਵੇਲੇਬਲ ਹੈ, ਉੱਥੇ ਉੱਥੇ ਉਹਨਾਂ ਨੂੰ ਐਡਜਸਟ ਕੀਤਾ ਜਾ ਰਿਹਾ, ਤਾਂ ਇਹਦੇ ਵਿੱਚ ਅਸੀਂ ਹੋਰ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹੀ ਕੋਈ ਹੋਰ ਥਾਂ ਸਾਨੂੰ ਲੱਭੀ, ਪਬਲਿਕ ਪਲੇਸ ਕੋਈ ਲੱਭੀ ਜਾਵੇ ਜਿੱਥੇ ਅਸੀਂ ਐਡਜਸਟ ਕਰ ਸਕੀਏ। ਜੀ ਗੁਰਪਿਆਰਿਓ, ਇਹ ਤਾਂ ਹਰ ਸ਼ਹਿਰ ਦੇ DC ਤੋਂ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਅਜਿਹੀਆਂ ਸਮੱਸਿਆਵਾਂ ਦਾ ਹੱਲ ਜਲਦ ਕੀਤਾ ਜਾਏਗਾ, ਪਰ ਫਿਰ ਵੀ ਕੋਈ ਹੱਲ ਨਹੀਂ ਕੀਤਾ ਜਾਂਦਾ। ਗਊਸੈਸ ਬਿਜਲੀ ਦੇ ਹਰ ਬਿੱਲ ਦੇ ਵਿੱਚ ਲੱਗ ਕੇ ਪੰਜਾਬ ਵਾਸੀ ਤੱਕ ਪਹੁੰਚਦਾ ਹੈ, ਪਰ ਫਿਰ ਵੀ ਅਵਾਰਾ ਪਸ਼ੂਆਂ ਦਾ ਕਹਿਰ ਸੜਕਾਂ ਤੋਂ ਘੱਟ ਨਹੀਂ ਹੁੰਦਾ। ਸਰਕਾਰਾਂ ਸਿਰਫ਼ ਅਤੇ ਸਿਰਫ ਪੰਜਾਬ ਦੀ ਆਵਾਮ ਦੀ ਛਿੱਲ ਲਾਹਣ 'ਤੇ ਜੁਟੀਆਂ ਹੋਈਆਂ ਨੇ, ਪੰਜਾਬ ਦੀ ਆਵਾਮ ਨੂੰ ਸੁੱਖ ਦਾ ਸਾਗ ਦੇਣ ਬਾਰੇ ਇਹ ਕਦੀ ਸੋਚ ਤੱਕ ਨਹੀਂ ਸਕਦੇ। ਜਿਸ ਕਰਕੇ ਹੁਣ ਆਮ ਲੋਕਾਂ ਤੋਂ ਲੈ ਕੇ ਕਿਸਾਨ ਤੱਕ ਅਵਾਰਾ ਪਸ਼ੂਆਂ ਤੋਂ ਇੰਨੇ ਪਰੇਸ਼ਾਨ ਹੋ ਗਏ ਨੇ ਕਿ ਹੁਣ ਉਹਨਾਂ ਨੂੰ ਅਵਾਰਾ ਪਸ਼ੂਆਂ ਦੇ ਖਾਤਰ ਵੀ ਸੜਕਾਂ ਉੱਤੇ ਧਰਨੇ ਲਾਉਣੇ ਪੈਣਗੇ, ਰੋਸ ਮੁਜ਼ਾਹਰੇ ਕਰਨੇ ਪੈ ਰਹੇ ਨੇ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ 'ਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡਬਾਣੀ ਵਾਸਤੇ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।